ਅਸਲਾਮ ਵਾਲੇकुम ਜੀ ਅਦੀਤ ਸੰਧੂ ਆਪਣਾ ਜਿਹੜਾ ਨਿਊ ਹੋਲੈਂਡ ਟਰੈਕਟਰ ਸੀ ਇਹਦੀ ਫਿਲਹਾਲ ਜਿਸ ਤਰੀਕੇ ਨਾਲ ਮਾਰਕੀਟ ਸੇਲ ਹੋ ਰਿਹਾ ਤੁਹਾਨੂੰ ਦੋਸਤੋ ਪ੍ਰਾਈਸ ਦੱਸਣਾ ਵਾ ਠੀਕ ਹੈ ਆਪਣਾ ਡੇਰਾ ਗਾਜ਼ੀ ਖਾਨ ਵਾਲੀ ਸਾਈਡ ਤੇ ਔਰ ਇੱਕ ਦੋ ਲਾਹੌਰ ਮਾਰਕੀਟ ਦੇ ਵਿੱਚ ਇਹਦਾ ਸ਼ੋਰੂਮ ਹੈ ਵੇ ਉਹ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਹੜੀ ਮੇਨ ਕੰਪਨੀ ਉਹ ਤੇ ਸਾਡੇ ਗਰੀਬ ਬਿਲਕੁਲ ਡੇਰਾ ਗਾਜ਼ੀ ਖਾਨ ਦੇ ਵਿੱਚ ਦੋਸਤੋ 25 ਮਈ ਦੀਆਂ ਜਿਹੜੀਆਂ ਨੇ ਪ੍ਰਾਈਸ ਜਿਹੜੀ ਉਹਦੀ ਜਾਰੀ ਹੋਈ ਠੀਕ ਹੈ ਹਿੱਤੱਕ ਇਹ ਚੱਲ ਰਹੀ ਹੈ ਲਿਸਟ बाकी प्राइस तुम्हें दसना वीडियो स्टार्ट करने कराने पहले चैनल तो नहीं प्लीज चैनल सबसक्राइब करना ना भूलो अच्छा जी एन एच चार सौ अस्सी एस ठीक है जी पचवंजा हास् पावर चौबीस लाख और भी लाख चौबी हज़ार रुपये ये प्राइज़ है पुरानी प्राइज़ चल रही ठीक है कोई नवी नहीं आई है जी चार सौ अस्सी एस पावर प्लस पचवंजा हास् पावर इक्की लाख एक हज़ार रुपये का एन एच गाजी पैंठ हास् पावर ठीक हो गया जी 50 ਹਸ ਪਾਵਰ ਔਰ ਇਹਦੀ ਪ੍ਰਾਈਸ ਹੈ 23 ਲੱਖ 50 ਹਜ਼ਾਰ ਰੁਪਏ ਅਗੂ ਆ ਗਿਆ ਨਾ 640 75 ਹਸ ਪਾਵਰ 640 75 ਹਸ ਪਾਵਰ ਹੁੰਦਾ ਨਾ 3182000 ਰੁਪਏ ਜਿਹੜੀ ਉਹ ਪ੍ਰਾਈਸ ਚੱਲਦੀ ਹੈ ਅਗੂ ਆ ਜਾਂਦਾ ਜੀ ਆਪਣਾ 85 ਹਸ ਪਾਵਰ ਦਬੰਗ ਦਬੰਗ 85 3178000 ਰੁਪਏ ਔਰ ਪਹਿਲੇ ਵੀ ਦੋਸਤੋ ਇਹਦੀ ਜਿਹੜੀ ਆਪਣੇ ਟਰੈਕਟਰ ਨਾਲ ਪ੍ਰਾਈਸ ਘੱਟ ਸੀ 85 ਨਾਲ ਔਰ ਹੁਣ ਤੇ ਵੈਸੀ ਹੀ ਉਹ ਜ਼ਿਆਦਾ ਫਰਕ ਹੈ ਹੁਣ 3 3-4 ਲੱਖ ਦਾ ਫਰਕ ਕਿਉਂ ਹੋਣ ਵੀ ਪਹਿਲੇ ਤੇ ਪਹਿਲੇ ਫਰਕ ਐਸੀ ਸੀ 40 ਹਜ਼ਾਰ ਦਾ ਲੇਕਿਨ ਉਹ ਪਹਿਲੇ ਜਿਹੜਾ ਮਾਰਕੀਟਸ ਬਹੁਤ ਡਾਊਨ ਵੇਵ ਜਿਹੜਾ ਸੇਲ ਹੁੰਦਾ ਰਿਹਾ ਫਿਰ ਜਾ ਕੇ ਜੀ ਉਹਦੀ ਪ੍ਰਾਈਸ ਛੋਲੀ ਓਲੀ ਓਲੀ ਇਜ਼ਾਫਾ ਹੁੰਦਾ ਰਿਹਾ ਫਿਰ ਜਾ ਕੇ 30-35 ਲੱਖ ਤੱਕ ਵੈਸੀ ਸੇਲ ਹੋਂ ਲੱਭਿਆ ਇਸ ਮਾਰਕੀਟਸ ਫਿਰ ਪ੍ਰਾਈਸ ਵੀ 30-35 ਲੱਖ ਤੱਕ ਚਲ ਗਈ ਲੇਕਿਨ ਇਹਦੀ ਜਿਹੜੀ ਮੇਨ ਕੰਪਨੀ ਦੀ ਪ੍ਰਾਈਸ ਉਸ ਪ੍ਰਾਈਸ ਤੁਹਾਨੂੰ ਜਿੱਥੇ ਦਿਲ ਕਰੇ ਤੁਹਾਨੂੰ ਮਿਲ ਜਾਏਗਾ ਬਾਕੀ ਐਨਐਸ 7056 4-ਵੀਲ 85 ਹਸ ਪਾਵਰ 42 ਲੱਖ 72 ਹਜ਼ਾਰ ਰੁਪਏ। ਔਰ ਫਿਲਹਾਲ ਇਹਨਾਂ ਜਿਹੜੇ ਥਰਡ ਦੇ ਦੋ ਟਰੈਕਟਰ ਨੇ ਵੱਡੇ ਆਪਣੇ ਉਹ 85 ਹਸ ਪਾਵਰ ਇਹਨਾਂ ਦੀ ਫਿਲਹਾਲ ਜਿਹੜੀ ਬੁਕਿੰਗ ਹੈ ਉਹ ਬੰਦ ਹੋਈ ਪਈ ਹੈ ਠੀਕ ਹੈ। ਵੈਸੇ ਤੇ ਬਹੁਤ ਜ਼ਿਆਦਾ ਖੜੇ ਨਹੀਂ ਲੇਕਿਨ ਵੀ ਪਤਾ ਨਹੀਂ ਐਸੀ ਜਾਨੀ ਪਤਾ ਹੈ ਕਿ ਮਸਲਾ ਕਿਉਂ ਨਹੀਂ ਦੇ ਰਹੇ। ਕਹਿੰਦੇ ਸਰ ਕੋ ਪਾਰਟ ਜਿਹੜੇ ਉਹ ਅਵੇਲੇਬਲ ਨਹੀਂ ਹੈਗੇ ਇਹਦੇ। ਬਾਕੀ ਅਗਰ ਸ਼ੋਰੂਮ ਤਦ ਤੁਸੀਂ ਵਿਜ਼ਿਟ ਕਰਦੋ ਆਨ ਸ਼ੋਰੂਮ ਦੇ ਕਿਸੇ ਵੀ ਸ਼ੋਰੂਮ ਤੋਂ ਤੁਹਾਨੂੰ ਜਿਹੜਾ ਉਹ ਇਹ ਮਿਲ ਜਾਣਗੇ ਬਾਕੀ ਅਜੀ ਦੀ ਵੀਡੀਓ ਪਸੰਦ ਆਏ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ